2017 ਦੇ ਵਿੱਚ ਇੱਕ ਪਰਿਵਾਰ ਤੋਂ ਵਿਦੇਸ਼ ਭੇਜਣ ਦੇ ਨਾਂ ਤੇ 3 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਪਤੀ ਪਤਨੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਪਤੀ ਪਤਨੀ ਨੇ ਫਰੀਦਕੋਟ ਦੇ ਕੋਟਕਪੁਰਾ ਇਲਾਕੇ ਦੇ 2 ਲੋਕਾਂ ਨੂੰ ਕੈਨੇਡਾ ਭੇਜਣ ਦੇ ਨਾਂ ਤੇ 15-15 ਲੱਖ ਰੁਪਏ ਲਏ ਸਨ, ਪਰ ਜਦੋਂ ਦੋਵੇਂ ਕੈਨੇਡਾ ਨਹੀਂ ਜਾ ਪਾਏ ਤਾਂ ਉਹਨਾਂ ਨੇ ਪੁਲਿਸ ਨੂੰ ਪਤੀ ਪਤਨੀ ਦੇ ਖਿਲਾਫ ਮਾਮਲਾ ਦਰਜ ਕਰਾਇਆ, ਜਿਸ ਤੋਂ ਬਾਅਦ ਦੋਵੇਂ ਮੁਲਜ਼ਮ ਫਰਾਰ ਚੱਲ ਰਹੇ ਸਨ। ਦੋਵਾਂ ਨੂੰ ਭਗੌੜਾ ਐਲਾਨਿਆ ਜਾ ਚੁੱਕਿਆ ਸੀ। ਇਹਨਾਂ ਦੀ ਭਾਲ ਦੇ ਵਿੱਚ ਪੁਲਿਸ ਜੁਟੀ ਹੀ ਹੋਈ ਸੀ। ਦੋਵਾਂ ਨੂੰ ਦਿੱਲੀ ਦੇ ਵਿੱਚ ਉਹਨਾਂ ਦੇ ਠਿਕਾਣੇ ਬਦਲ ਬਦਲ ਕੇ ਰਹਿ ਰਹੇ ਸਨ। ਗੁਪਤ ਸੂਚਨਾ ਪੁਲਿਸ ਨੂੰ ਮਿਲੀ, ਜਿਸ ਦੇ ਆਧਾਰ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ। ਫਿਲਹਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਲਜ਼ਾਮ 30 ਲੱਖ ਰੁਪਏ ਦੀ ਠੱਗੀ ਦੇ ਨੇ। ਇਹ ਅਮਿਤ ਜਿੰਦਲ ਪੁੱਤਰ ਦਰਸ਼ਨ ਕੁਮਾਰ ਅਤੇ ਉਹਦੀ ਵਾਈਫ ਕੀਰਤੀ ਜਿੰਦਲ ਵਾਸੀ ਹੀਰਾਨਗਰ ਕੋਟਕਪੁਰਾ, ਇਹਨਾਂ ਦੋਵਾਂ ਨੇ 15-15 ਲੱਖ ਰੁਪਏ ਦੋ ਆਦਮੀਆਂ ਤੋਂ 15-15 ਲੱਖ ਰੁਪਏ ਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰੀ ਹੈ। ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 5 ਅਤੇ ਮੁਕੱਦਮਾ ਨੰਬਰ 8 2017 'ਚ 420-120 ਦਾ ਦਰਜ ਹੋਇਆ ਸੀ, ਜਿਹਦੇ 'ਚੋਂ ਇਹ ਭਗੌੜੇ ਸੀ। ਇੱਥੋਂ ਇਹ ਆਪਦਾ ਰੈਸ਼ ਬਦਲ ਕੇ ਦਿੱਲੀ ਚਲੇ ਗਏ ਸੀ, ਹੁਣ ਦਿੱਲੀ ਤੋਂ ਫੜ ਕੇ ਲਿਆਉਂਦੇ ਆ ਜੀ।